ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੀ ਪੁਰਾਣੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ। ਜੀ ਹਾਂ, ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਇੰਟਰਨੈਟ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੈਲ, ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਪੁਰਾਣੀ ਹੈ ਤੇ ਜੋ ਕਿ ਇਸ ਵੀਡੀਓ ਨੂੰ ਵੇਖ ਕੇ ਵੀ ਪਤਾ ਲੱਗ ਰਿਹਾ। ਦੱਸਦੀ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਵੀਡੀਓ 2005 ਦੀ ਹੈ, ਜਦੋਂ ਦਿਲਜੀਤ ਦੋਸਾਂਝ ਨੇ ਪਰਫਾਰਮ ਕੀਤਾ ਸੀ ਕੈਨੇਡਾ ਦੇ ਵਿੱਚ। ਜੀ ਹਾਂ, ਕੈਨੇਡਾ ਦੇ ਮਿਸੀ ਸਾਗਾ ਦੀ ਇਹ ਲਾਈਵ ਪਰਫਾਰਮੈਂਸ ਹੈ ਦਿਲਜੀਤ ਦੋਸਾਂਝ ਦੀ, ਜਿਸ ਦੇ ਵਿੱਚ ਸਾਨੂੰ ਦਿਲਜੀਤ ਦੋਸਾਂਝ ਨਜ਼ਰ ਆ ਰਹੇ ਨੇ ਲਾਈਵ ਪਰਫਾਰਮ ਕਰਦੇ ਹੋਏ, ਤੇ ਇਸ ਦੇ ਵਿੱਚ ਉਹ ਆਪਣਾ ਗੀਤ ਗਾ ਰਹੇ ਨੇ ਆਗੇ ਪੱਗਾਂ ਪੋਚਵੀਆਂ ਵਾਲੇ ਰਹੀ ਬਚ ਕੇ ਤੂੰ ਰੰਗਲੇ ਦੁਪੱਟੇ ਵਾਲੀਏ। ਸੋ ਦੱਸ ਦਈਏ ਕਿ 2005 ਦੀ ਵੀਡੀਓ ਹੈ, ਜਿਵੇਂ ਕਿ ਅਸੀਂ ਇਸ ਸਟੇਜ ਦੇ ਪਿੱਛੇ ਲੱਗੇ ਹੋਏ ਬੈਨਰ ਤੇ ਵੀ ਦੇਖ ਸਕਦੇ ਹਾਂ। ਦਿਲਜੀਤ ਦੋਸਾਂਝ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਲੋਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਵੀ ਕੀਤੀ ਜਾ ਰਹੀ ਹੈ। ਜਿੱਥੇ ਕਿ ਦਿਲਜੀਤ ਦੋਸਾਂਝ ਅੱਜ ਇੰਟਰਨੈਸ਼ਨਲ ਆਰਟਿਸਟ ਬਣ ਚੁੱਕੇ ਨੇ, ਲੋਕੀ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਕਾਫੀ ਜ਼ਿਆਦਾ ਪਿਆਰ ਦਿੰਦੇ ਨੇ, ਉੱਥੇ ਨਾਲ ਹੀ ਦਿਲਜੀਤ ਦੋਸਾਂਝ ਦੀ ਇਹ ਕਈ ਸਾਲ ਪੁਰਾਣੀ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਦਿਲਜੀਤ ਦੋਸਾਂਝ ਪਹਿਲਾਂ ਵੀ ਕਾਫੀ ਸੋਹਣਾ ਪਰਫਾਰਮ ਕਰਦੇ ਸੀ ਤੇ ਉਹਨਾਂ ਦਾ ਕਾਫੀ ਜ਼ਿਆਦਾ ਕਰੇਜ਼ ਉਦੋਂ ਵੀ ਸੀ। ਸੋ ਹੁਣ ਜਿੱਥੇ ਕਿ ਦਿਲਜੀਤ ਦੋਸਾਂਝ ਨੇ ਆਪਣੀਆਂ ਲੁੱਕਸ, ਆਪਣੇ ਗਾਉਣ ਦੇ ਸਟਾਈਲ ਤੇ ਹੋਰ ਕਾਫੀ ਚੀਜ਼ਾਂ ਦੇ ਵਿੱਚ ਚੇਂਜ ਲਿਆਂਦਾ ਹੈ, ਅਪਡੇਟ ਕੀਤਾ ਹੈ ਖੁਦ ਨੂੰ, ਸੋ ਦਿਲਜੀਤ ਦੋਸਾਂਝ ਹਮੇਸ਼ਾ ਹੀ ਆਪਣੇ ਫੈਨਸ ਨੂੰ ਇੰਪ੍ਰੈਸ ਕਰਦੇ ਰਹਿੰਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਦਿਲਜੀਤ ਦੋਸਾਂਝ ਵੱਖਰੇ ਵੱਖਰੇ ਪ੍ਰੋਜੈਕਟਸ ਲੈ ਕੇ ਆਉਣ ਵਾਲੇ ਨੇ, ਜਿਸ ਦੇ ਵਿੱਚ ਉਹਨਾਂ ਦੀ ਫਿਲਮ ਰੰਨਾ ਚ ਧੰਨਾ ਸ਼ਾਮਿਲ ਹੈ। ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਸੋਨਮ ਬਾਜਵਾ ਤੇ ਸ਼ਹਿਨਾਜ਼ ਕੌਰ ਗਿੱਲ ਦੇ ਨਾਲ ਨਜ਼ਰ ਆਉਣ ਵਾਲੇ ਨੇ। ਵੈਲ, ਇਸ ਤੋਂ ਇਲਾਵਾ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਜੱਟ ਐਂਡ ਜੂਲੀਅਟ 3 ਵੀ ਰਿਲੀਜ਼ ਹੋਣ ਵਾਲੀ ਹੈ, ਜਿਸ ਨੂੰ ਡਾਇਰੈਕਟ ਕਰ ਰਹੇ ਨੇ ਬਾਲੀਵੁੱਡ ਇੰਡਸਟਰੀ ਦੇ ਬੈਸਟ ਡਾਇਰੈਕਟਰਸ ਦੇ ਵਿੱਚੋਂ ਇੱਕ ਜਗਦੀਪ ਸਿੱਧੂ। ਤੇ ਦੱਸ ਦਈਏ ਇਸ ਫਿਲਮ ਦੇ ਵਿੱਚ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਾਨੂੰ ਨਜ਼ਰ ਆਉਣਗੇ। ਇਸ ਦੇ ਨਾਲ ਹੀ ਫਿਲਮ ਦੇ ਵਿੱਚ ਰਾਣਾ ਰਣਬੀਰ ਨਜ਼ਰ ਆਉਣਗੇ, ਤੇ ਨਾਲ ਹੀ ਦੱਸ ਦਈਏ ਕਿ ਫਿਲਮ ਦੀ ਸਟਾਰ ਕਾਸਟ ਦੇ ਵਿੱਚ ਐਡ ਆਨ ਹੈ ਜੈਸਮਿਨ ਬਾਜਵਾ, ਯਾਨੀ ਕਿ ਫਿਲਮ ਦੇ ਵਿੱਚ ਸਾਨੂੰ ਜੈਸਮਿਨ ਬਾਜਵਾ ਵੀ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਉਣ ਵਾਲੇ ਨੇ। ਵੈਲ, ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਵੀ ਰਿਲੀਜ਼ ਹੋਣ ਵਾਲੀ ਹੈ, ਜੋ ਕਿ ਗਾਇਕ ਅਮਰ ਚਮਕੀਲਾ ਦੀ ਬਾਇਓਪਿਕ ਹੈ, ਜਿਸ ਦੇ ਵਿੱਚ ਅਮਰ ਚਮਕੀਲਾ ਦਾ ਕਿਰਦਾਰ ਦਿਲਜੀਤ ਦੋਸਾਂਝ ਨੇ ਪਲੇ ਕੀਤਾ ਹੈ ਤੇ ਉਹਨਾਂ ਦਾ ਸਾਥ ਨਿਭਾਇਆ ਬਾਲੀਵੁੱਡ ਐਕਟਰੈਸ ਪਰੀਨੀਤੀ ਚੋਪੜਾ ਨੇ। ਜੀ ਹਾਂ, ਪਰੀਨੀਤੀ ਚੋਪੜਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਚਮਕੀਲਾ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੀ ਹੈ। ਸੋ ਦਿਲਜੀਤ ਦੋਸਾਂਝ ਆਪਣੇ ਫੈਨਸ ਦੇ ਲਈ ਬੈਕ ਟੂ ਬੈਕ ਗੀਤ ਵੀ ਰਿਲੀਜ਼ ਕਰ ਰਹੇ ਨੇ। ਹਾਲ ਹੀ ਦੇ ਵਿੱਚ ਉਹਨਾਂ ਦਾ ਸਾਈਕੋਟਿਕ ਤੇ ਵਾਚ ਆਰ ਡੂਇੰਗ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕ ਬੇਸ਼ੁਮਾਰ ਪਿਆਰ ਦੇ ਰਹੇ ਨੇ। ਸੋ ਤੁਹਾਡਾ ਕੀ ਕਹਿਣਾ ਹੈ ਕਮੈਂਟ ਏਰੀਆ 'ਚ ਜ਼ਰੂਰ ਦੱਸੋ, ਕਿਹੋ ਜਿਹੀ ਲੱਗੀ ਹੈ ਦਿਲਜੀਤ ਦੋਸਾਂਝ ਦੀ ਪੁਰਾਣੀ ਵੀਡੀਓ, ਕਮੈਂਟ ਕਰਕੇ ਦੱਸ ਸਕਦੇ ਹੋ ਤੇ ਵੀ ਦੱਸ ਸਕਦੇ ਹੋ ਕਿ ਉਹਨਾਂ ਦੀ ਆਉਣ ਵਾਲੀਆਂ ਫਿਲਮਾਂ ਲਈ, ਉਹਨਾਂ ਦੇ ਆਉਣ ਵਾਲੇ ਗੀਤਾਂ ਲਈ ਕਿੰਨੇ ਐਕਸਾਈਟਿਡ ਹੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।